ਹਾਂਜੀ ਇਹ ਤੁਸੀਂ ਵੇਖੋ ਇਹ ਪਿੱਛੇ ਸਾਡਾ ਡੇਰਾ ਸੀ, ਇਹਦਾ ਨਾਮ ਸੀ ਡਵਾਟਾ। ਮੈਨੂੰ ਯਾਦ ਹੈ ਕਿ ਉਹ 17-17 ਦੀ ਸਾਡੀ ਕੁੜ ਸੀ ਅਤੇ ਇਹ ਚਾਚਾ ਜੀ ਨਹਿਚ ਵੀ ਤੇਲ ਮਲਦੇ ਸਨ, ਉਹ ਮੇਰੇ ਚਾਚਾ ਰਿਆਜ਼ ਵੀ ਮਲਦੇ ਸਨ। ਅਮਜਦ ਸਡਾਲਾ ਜਨ ਨਸੀਬ ਕਰੇ ਇਹਨਾਂ ਦਾ ਪੁੱਤਰ ਸੀ, ਪੁਲਿਸ 'ਚੋਂ ਸ਼ਹੀਦ ਹੋ ਗਿਆ, ਉਹ ਬੜਾ ਤੇਲ ਸ਼ੇਲ ਮਲਦਾ ਹੁੰਦਾ ਸੀ। ਇਹ ਪਿੱਛੇ ਤੁਸੀਂ ਵੇਖੋ ਕਿ ਸਾਡਾ ਪਿੰਡ ਹੈ ਲੋਪੋ ਵਾਲੀ। ਇਹ ਜਨਾਬ ਹੁਣ ਤੁਹਾਨੂੰ ਪਿੰਡ ਲੈ ਕੇ ਜਾਂਦੇ। ਅੱਛਾ ਜੀ, ਮੈਂ ਬੜੀ ਬਚਪਨ 'ਚ ਇੱਥੇ ਕਈ ਘਰ ਵੇਖੇ ਨੇ ਜਿਹੜੇ ਸਾਡੇ ਚੜ੍ਹਦੇ ਪਾਸੇ ਬਰਾਦਰੀ ਦੇ ਸਿੱਖ ਘੁੰਮਣ ਰਹਿੰਦੇ ਸਨ, ਲੇਕਿਨ ਜਦੋਂ ਪਾਰਟੀਸ਼ਨ ਹੋਈ ਤਾਂ ਹਰੇ ਉਹ ਚਲੇ ਗਏ ਅਤੇ ਵੰਡ ਤੋਂ ਬਾਅਦ ਇੱਥੇ ਸਾਡੇ ਬੜੇ ਇਹਨਾਂ ਨਾਲ ਕਰੀਬੀ ਤਾਲੁਕ ਭਰਾਵਾਂ ਵਾਲਾ ਰਹੇ ਆ। ਇਹ ਮਾਰੂਫ ਸਨ ਥਾਣੇਦਾਰ, ਅਤੇ ਥਾਣੇਦਾਰ ਦੇ ਚਾਰ ਪੁੱਤਰ ਸਨ ਮਾਸ਼ਾਅੱਲਾ ਵੱਡੇ, ਦਾ ਨਾਂ 'ਚ ਰਾਣਾ ਮਕਬੂਲ ਸਾਹਿਬ, ਉਹਨਾਂ ਤੋਂ ਛੋਟੇ ਨਜ਼ੀਰ ਸਾਹਿਬ, ਮਸ਼ਕੂਰ ਸਾਹਿਬ ਅਤੇ ਫਿਰ ਬਸ਼ੀਰ ਸਾਹਿਬ। ਇਹ ਅੱਜ ਕੱਲ੍ਹ ਘਰ ਜਿਹੜਾ ਬਸ਼ੀਰ ਸਾਹਿਬ ਦਾ। ਅੱਛਾ ਚਾਚਾ ਜੀ, ਇਹ ਇੱਥੇ ਬਸ਼ੀਰ ਸਾਹਿਬ ਰਹਿੰਦੇ ਨੇ? ਅੱਛਾ, ਇਹ ਘਰ ਕਿਹਦਾ ਹੈ, ਕਿਹਦੇ ਬਾਰੇ ਦੱਸਿਆ ਜਾਂਦਾ? ਇਹ ਘਰ ਦੱਸਿਆ ਜਾਂਦਾ ਹੈ, ਕੀ ਨਾਂ ਤੁਹਾਨੂੰ ਦੱਸਿਆ ਸੀ ਉਹਦਾ? ਜਾਗਰ ਸਿੰਘ। ਜਾਗਰ ਸਿੰਘ। ਅੱਛਾ, ਜਾਗਰ ਸਿੰਘ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਕਿ ਸਾਡੇ ਇੱਥੇ ਪਿੰਡ ਦੇ ਵਿੱਚ, ਚੁੱਕੇ ਉਹ ਜਿਹੜੇ ਸਿੱਖ ਸਨ ਉਹ ਇੱਥੇ ਨਹਿਰ 'ਤੇ ਨਾ ਲੱਗੀ ਸੀ, ਕੈਂਪ ਲੱਗਾ ਸੀ, ਤੂੰ ਆਉਂਦੇ ਨੇ ਕਿ ਉਹ ਉੱਥੋਂ ਆ ਕੇ ਅਤੇ ਪਿੰਡੋਂ ਆ ਕੇ ਨਦੀਨ ਵੀ ਕੱਢ ਲੈਂਦੇ ਸਨ, ਆਪਣੀ ਮੁੰਜੀ ਜਿਹੜੀ ਜਿਹੜੀ ਹੁੰਦੀ ਸੀ ਨਾ ਬੂਟੀ ਛੂਟੀ, ਉਹ ਕਹਿੰਦੇ ਹਨ ਸਾਡੀਆਂ ਪਤਾਲ ਚੜ੍ਹਨ ਸਾਨੂੰ ਇੱਥੋਂ ਕੌਣ ਕੱਢ ਸਕਦਾ। ਲੇਕਿਨ ਉਹ ਹਾਲਾਤ ਦਾ ਫਿਰ ਇੰਝ ਫਿਰਿਆ ਕਿ ਜਾਗਰ ਸਿੰਘ ਅਤੇ ਕੁਛ ਹੋਰ ਲੋਕ ਇਸ ਪਿੰਡ ਦੇ ਉਹ ਮੁਸਲਮਾਨ ਹੋ, ਅਤੇ ਉਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਵਿਹੜਾ ਨੱਸ ਗਿਆ, ਕਿ ਉਹਨਾਂ ਨੂੰ ਖੁਦ ਫੜ ਕੇ ਨਾਲੇ ਉਹ ਰੋਂਦੇ ਸਨ ਅਤੇ ਨਾਲੇ ਆਪਣੇ ਕੇਸ ਕਟਾਉਂਦੇ ਸਨ, ਅਤੇ ਉਹਨਾਂ ਉਹ ਵਿਹੜਾ ਹਲਾਲ ਕਰਵਾ ਕੇ ਲੋਕਾਂ ਨੂੰ ਖਵਾਇਆ, ਮੁਸਲਮਾਨ ਹੋ ਗਏ, ਲੇਕਿਨ ਮਿਲਟਰੀ ਆਈ ਅਤੇ ਉਹਨਾਂ ਨੂੰ ਧੱਕੇ ਨਾਲ ਲੈ ਗਏ। ਹਾਂਜੀ, ਅਤੇ ਉਹ ਜਾਗਰ ਸਿੰਘ ਜਿਹੜਾ ਸੀ ਉਹਦਾ ਨਾ ਇੱਕ ਤਕੀਆ ਕਲਾਮ ਸੀ, ਇਹ ਵੀ ਬਈ ਲਹਿਰੀ ਆ, ਅਤੇ ਉਹ ਬੜਾ ਚੁੱਕੇ ਦੇਸੀ ਬੰਦਾ ਸਨ, ਅਤੇ ਉਹ ਜਿਹੜੇ ਸਾਡੇ ਸਰਦਾਰ ਹੁੰਦੇ ਨੇ ਇਹ ਆਪਣੀ ਗੁਰਬਾਣੀ ਜਦੋਂ ਪੜ੍ਹਦੇ ਨੇ ਤਾਂ ਉਹਨੂੰ ਆਖਦੇ ਨੇ ਅਗਲਾ ਟੱਪਾ ਪੜ੍ਹੋ, ਸ਼ਾਇਦ ਇਸ ਤਰ੍ਹਾਂ ਦੀ ਗੱਲ ਹੈ ਕੋਈ, ਅਤੇ ਉਹ ਮੀਆਂ ਜੀ ਉਹਨਾਂ ਨੂੰ ਪੜ੍ਹਾਉਂਦੇ ਸਨ ਨਾ ਸੂਰਤਾਂ, ਆਇਤਾਂ ਪੜ੍ਹਾਉਂਦੇ ਸਨ, ਅਤੇ ਉਹਨਾਂ ਨੇ ਮੀਆਂ ਜੀ ਅਗਲਾ ਟੱਪਾ ਕਿਹੜਾ, ਅਤੇ ਉਹ ਮਸਜਿਦ ਦਾ ਚੁੱਕੇ ਛੋਟਾ ਸੀ ਦਰਵਾਜ਼ਾ, ਅਤੇ ਉਹ ਕਹਿੰਦੇ ਨੇ ਕਿ ਜੀ ਇਹ ਆਪਣਾ ਉਹ ਲੈ ਬਈ ਇਹ ਵੀ ਲਹਿਰ ਹੀ ਆ, ਉਹਦਾ ਸਿਰ ਵੱਜਾ ਨਾ। ਅੱਛਾ, ਅਤੇ ਇਹ ਜਾਗਰ ਸਿੰਘ ਦਾ ਘਰ ਸੀ, ਇਹਦਾ ਤੈਮੂਰ ਤੁਸੀਂ ਅੱਗੇ ਆਓ ਥੋੜ੍ਹਾ। ਤੁਸੀਂ ਵੇਖੋ ਕਿ ਇਹ ਪੁਰਾਣਾ ਘਰ ਹੈ, ਉਹ ਡਾਟਾਂ ਲੱਗੀਆਂ ਨੇ, ਇਹ ਉਹ ਕੁੰਡੀ ਹੈ ਪੁਰਾਣਾ ਜ਼ਮਾਨੇ ਦਾ, ਸਹੀ ਹੈ ਨਾ ਜੀ, ਅਤੇ ਤੈਮੂਰ ਅੰਦਰ ਆਓ ਜ਼ਰਾ। ਇਹ ਤੁਸੀਂ ਵੇਖੋ ਕਿ ਉਹ ਹੀ ਪੁਰਾਣੇ ਜ਼ਮਾਨੇ ਦਾ ਪੜਛੱਤੀ ਬਣੀ, ਇਹ ਘਰ ਜੈਸਾ ਜੀ ਪੁਰਾਣਾ ਹੀ ਹੈ, ਇਹ ਘਰ ਪੁਰਾਣਾ ਬਣੇ ਹੈ। ਅੱਛਾ, ਇਹ ਕੋਠੜੀਆਂ ਨੇ ਦੋ, ਇਹ ਪੰਜਾਬ ਦਾ ਇੱਕ ਟਿਪੀਕਲ ਡਿਜ਼ਾਇਨ ਸੀ। ਇਹ ਤੁਸੀਂ ਵੇਖੋ ਕਿ ਇਹ ਸਾਡਾ ਇੱਕ ਟਿਪੀਕਲ ਪਿੰਡਾਂ ਦੇ ਵਿੱਚ ਤਰੀਕਾ ਸੀ ਕਿ ਇਹ ਵੇਖੋ ਹੇਠ ਉੱਤੇ ਨਾ ਮੰਜੀਆਂ, ਐਨਵਾਰੀ ਮੰਜੀ ਹੈ ਅਤੇ ਇਹ ਸੂਤਰ ਦੀ ਯਾਨੀ ਮੰਜੀਆਂ ਨੇ, ਅਤੇ ਇਹ ਮੰਜੀਆਂ ਨੂੰ ਚਾਦਰ, ਇਹ ਟਿਪੀਕਲ ਤਰੀਕਾ ਹੈ ਕਿ ਯਾਨੀ ਤੁਸੀਂ ਵੇਖੋ ਸਮਾਨ ਵੀ ਵਿੱਚ ਰੱਖੇ ਹੈ ਅਤੇ ਰੰਗੀਨ ਪਾਵੇ ਨੇ ਅਤੇ ਮੰਜੀਆਂ ਦੀਆਂ ਪਾਲਾਂ ਲਾਈਆਂ ਨੇ। ਇਹ ਸਾਡਾ ਇੱਕ ਟਿਪੀਕਲ ਪਿੰਡਾਂ ਦਾ ਜਿਹੜਾ ਸਟਾਈਲ, ਇਹ ਜਾਗਰ ਸਿੰਘ ਦਾ ਘਰ ਸੀ ਜਿੱਥੇ ਹੁਣ ਰਾਣਾ ਬਸ਼ੀਰ ਸਾਹਿਬ ਰਹਿੰਦੇ ਨੇ। ਇਹਦਾ ਮੈਨੂੰ ਪਤਾ ਹੈ ਕਿ ਅਗਲਾ ਜਿਹੜਾ ਮੱਥਾ ਹੈ ਜਿਹੜੀ ਰਾਣਾ ਮਕਬੂਲ ਸਾਹਿਬ ਔਰ ਬਸ਼ੀਰ ਸਾਹਿਬ ਔਰ ਨਜ਼ੀਰ ਸਾਹਿਬ ਦੀ ਹਵੇਲੀ ਸੀ, ਉਹ ਪੁਰਾਣੇ ਡਿਜ਼ਾਇਨ ਦੀ ਬਣੀ ਸੀ, ਲੇਕਿਨ ਹੁਣ ਇਹ ਸਿਰਫ ਪੂਰੇ ਪਿੰਡ ਵਿੱਚ ਇਕੱਲਾ ਘਰ ਰਹਿ ਗਿਆ। ਇਹ ਤੁਸੀਂ ਵੇਖੋ ਜੀ ਕਿ ਇਹ ਉਹ ਤਾਲਾ ਵੀ ਪੁਰਾਣੇ ਜ਼ਮਾਨੇ ਦਾ, ਇਹ ਉਹ ਇਹ ਕੁੰਡੀ ਅਤੇ ਇਹ ਉਹ ਗੁੰਮ ਤਾਲਾ ਜਿਹੜਾ ਲੁਹਾਰ ਬਣਾਉਂਦੇ ਸਨ। ਇਹ ਵੇਖੋ ਇਹ ਪੁਰਾਣਾ ਉਹ ਆਲਾ ਜਿਹਾ ਬਣਿਆ, ਇਹ ਪੁਰਾਣੀ ਕੁੰਡੀ ਹੈ, ਪੁਰਾਣਾ ਮੇਰੇ ਕੋਲ ਸੀੜੀਆਂ ਨੇ, ਇਹ ਵੀ ਇੱਕ ਪੁਰਾਣਾ ਵਾਲਾ ਜਿਹਾ ਬਣੇ ਹੈ, ਇਹ ਵੇਖੋ ਨਾ ਸਮਾਨ ਰੱਖਣ ਲਈ, ਇਹ ਉਹ ਪੁਰਾਣੀਆਂ। ਇਹ ਵੇਖੋ ਇਹ ਲੱਕੜੀ ਲੱਗੀ ਹੈ ਉੱਤੇ, ਇਹ ਪੁਰਾਣੀਆਂ ਇੱਟਾਂ ਨੇ, ਉਦੋਂ ਛੋਟੀ ਇੱਟ ਹੁੰਦੀ ਸੀ ਨਾ ਪੁਰਾਣੇ ਜ਼ਮਾਨੇ 'ਚ। ਅੱਛਾ ਜੀ, ਇਹ ਸਾਡਾ ਇੱਥੇ ਕੋਈ ਬਣੀ ਸੀ ਸਾਡੀ ਹਵੇਲੀ ਟਾਈਪ ਸਮਝ ਲਓ, ਦੋ ਕੋਠੜੀਆਂ ਹਨ ਜਿੱਥੇ ਅਸੀਂ ਕੋਈ ਪੁਰਾਣਾ ਸਮਾਨ ਵਗੈਰਾ ਰੱਖਦੇ ਹਾਂ। ਇੱਥੇ ਅਸੀਂ 10 ਸਾਲ ਰਹਿੰਦੇ ਰਹੇ ਹਾਂ,
ਜਦੋਂ ਅਸੀਂ ਵੱਖ ਹੋਏ ਤਾਂ ਆਪਣੀ ਪੁਰਾਣੀ ਹਵੇਲੀ ਇੱਕ ਗਾਲਬਨ ਕੋਈ ਪਤਾ ਨਹੀਂ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਜਾਂ ਉਸ ਤੋਂ ਬਾਅਦ ਬਣੀ ਮੈਨੂੰ ਨਹੀਂ ਪਤਾ, ਲੇਕਿਨ ਇਹ ਪੁਰਾਣਾ ਬਣਿਆ ਘਰ ਸੀ। ਜ਼ਾਹਰ ਇਹ ਅਸੀਂ ਜਦੋਂ ਇੱਥੋਂ ਚਲੇ ਗਏ ਅਤੇ ਫਿਰ ਜਿਨ੍ਹਾਂ ਨੂੰ ਅਸੀਂ ਦਿੱਤਾ ਉਹਨਾਂ ਇਹਨੂੰ ਤਬਦੀਲੀ ਦੀ ਸ਼ਕਲ ਕਰ ਦਿੱਤੀ। ਇਹ ਇੱਕ ਪੁਰਾਣੀ ਗਲੀ 'ਚ ਤੁਹਾਨੂੰ ਲੈ ਕੇ ਜਾਂਦੇ ਹਾਂ, ਤੁਸੀਂ ਵੇਖੋ ਕਿ ਗਲੀ ਬੜੀ ਤੰਗ ਜਿਹੀ ਹੈ। ਤੁਸੀਂ ਵੇਖਿਆ ਬੜੀ ਗਲੀ ਤੰਗ ਜਿਹੀ ਹੈ ਅਤੇ ਉਦੋਂ ਗਲੀਆਂ ਤੰਗ ਬਣਾਈਆਂ ਜਾਂਦੀਆਂ ਸਨ, ਕੋਠੇ ਜੋੜ ਕੇ ਬਣਾਏ ਜਾਂਦੇ ਸਨ, ਕਿਉਂਕਿ ਇੱਕ ਚੋਰੀ ਚਕਾਰੀ ਦਾ ਵੀ ਡਰ ਹੁੰਦਾ ਸੀ। ਲਓ ਜੀ, ਇਸ ਪਾਸੇ ਸਾਡਾ ਬੂਹਾ ਹੁੰਦਾ ਸੀ ਜਿਹੜਾ ਕਿ ਬੂਹਾ ਬੰਦ ਹੋ ਗਿਆ। ਮੈਂ ਛੋਟਾ ਜਿਹਾ ਘਰ ਸੀ, ਦੋ ਕਮਰਿਆਂ ਦਾ, ਛੋਟਾ ਜਿਹਾ ਵਾਸ਼ਰੂਮ ਅਤੇ ਪਰ 10 ਸਾਲ ਇੱਥੇ ਅਸੀਂ ਰਹੇ, ਜਿਹੜਾ ਕਿ ਮੇਰੀ ਜ਼ਿੰਦਗੀ ਦਾ ਬੜਾ ਯਾਦਗਾਰ ਦਿਨ ਹੈ। ਇਹ ਚਾਚੀ ਜੀ ਨੂਰ ਮਿਲ ਗਏ ਨੇ ਜੀ ਸਾਨੂੰ, ਕੀ ਹਾਲ ਹੈ? ਠੀਕ ਆ ਚਾਚੀ ਜੀ। ਤੁਹਾਡਾ ਵਿਆਹ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲਾਂ ਹੋਇਆ ਸੀ ਕਿ ਬਾਅਦ 'ਚ ਹੋਇਆ ਜੋ ਸਿੱਖ ਸਨ? ਬਾਅਦ 'ਚ ਹੋਇਆ। ਅੱਛਾ, ਤੁਹਾਡਾ ਆਪਣਾ ਪਿੰਡ ਕਿਹੜਾ ਸੀ? ਪਿਛਲਾ? ਹਾਂ, ਸੱਤਵਾੜੀ। ਇਹ ਤੇ ਬਾਰਡਰ ਦੇ ਵੇ? ਆਹੋ, ਬਾਰਡਰੋਂ ਅੱਗੇ ਵੇ ਥੋੜ੍ਹਾ ਜਿਹਾ ਨੀਲੇ ਟਾਲੂ ਅੱਗੇ। ਅੱਛਾ ਅੱਛਾ। ਤੇ ਜਦੋਂ ਸਿੱਖ ਸਨ ਉਦੋਂ ਤੇ ਤੁਹਾਨੂੰ ਹੋਸ਼ ਹੈ ਉਹਨਾਂ ਦੇ ਜਾਣ ਦੀ ਕਿ ਨਹੀਂ? ਨਹੀਂ, ਮੈਨੂੰ ਨਹੀਂ ਹੋਸ਼। ਵੇਖੋ ਤੁਸੀਂ ਕਿ ਕੋਈ ਅੱਜ ਤੋਂ 30 ਸਾਲ ਪਹਿਲਾਂ ਕੋਈ ਗਟਰ ਨਹੀਂ ਸਨ ਹੁੰਦੇ, ਕੋਈ ਲੈਟਰੀਨ ਨਹੀਂ ਸੀ ਹੁੰਦੀ। ਹੁਣ ਤੁਸੀਂ ਆ ਪਾਣੀ ਦਾ ਹਾਲ ਵੇਖੋ, ਇੱਥੇ ਸਾਰੇ ਬੋ ਵੀ ਆਉਂਦੀ, ਸਾਰਾ ਅੰਡਰ ਟੇਬਲ ਜਿਹੜਾ ਵਾਟਰ ਹੈ ਉਹ ਸਾਰਾ ਪੋਲੂਟਡ ਹੋ ਚੁੱਕਿਆ। ਲਓ ਜਨਾਬ, ਤੁਸੀਂ ਕਹੋਗੇ ਕਿ ਪਰਤ ਪਰਤੇ ਆਪਣਾ ਹੀ ਪਿਆ ਵਹਾਂਦਾ, ਤੇ ਸਾਰੇ ਮੇਰਾ ਪਿੰਡ ਹੈ, ਮੈਂ ਤਾਂ ਵਹਾਉਣਾ। ਲਓ ਜੀ, ਇਹਦਾ ਬੂਹਾ ਜਿਹੜਾ ਘਰ ਦਾ ਬਦਲ ਚੁੱਕਿਆ, ਇਹ ਸਾਡਾ ਪੁਰਾਣਾ ਘਰ ਹੈ। ਵੇਖੋ ਜੀ, ਘਰ ਦਾ ਉਹਨਾਂ ਬਰਦ ਇਹ ਤੁਸੀਂ ਵੇਖੋ ਕਿ ਕਲਰਫੁੱਲ ਗਾਲਬਨ, ਕੋਈ ਮੈਂ ਛੋਟਾ ਬਿਲਕੁਲ ਬੱਚਾ ਸਾਂ। ਹਾਂ, ਇਹ ਟਾਇਲ ਤੁਸੀਂ ਵੇਖੋ ਕਿ ਇਹ ਕਮਰਾ ਸੀ ਬੇਸਿਕਲੀ, ਨਾ ਦੋ ਕਮਰੇ ਸਨ, ਪਿੱਛੇ ਕੋਠੜੀਆਂ ਸਨ। ਇਹ ਤੈਮੂਰ ਤੁਸੀਂ ਨੇੜੇ ਆ ਕੇ ਤਰ੍ਹਾਂ ਵਿਖਾਓ ਇਹਨੂੰ ਬੈਠਕ ਆਪਣੇ ਮਨੋਂ। ਇਹ ਵੇਖੋ ਕਿ ਟਾਇਲ ਦੀਨੇ ਤੋਂ ਲਿਆ ਕੇ ਨਾ, ਉਦੋਂ ਸਾਡੀ ਦਾਦੀ ਅੱਲਾ ਜਨਨ ਨਸੀਬ ਕਰੇ ਉਹ ਬੜੇ ਸ਼ੌਕ ਸੀ ਉਹਨਾਂ ਨੂੰ, ਅਤੇ ਦੀਨੇ ਉਦੋਂ ਚੁੱਕੇ ਢੱਗੇ ਲੈਣ ਦੇਣ ਹੁੰਦਾ ਸੀ ਨਾ, ਅਤੇ ਉਹ ਉੱਥੋਂ ਜਿਹੜੇ ਉਹਨਾਂ ਨਾਲ ਬੜੀ ਭਰਾ ਕੀਤੀ ਸੀ ਸਾਡੀ ਦੀਨੇ ਦੇ ਸਨ, ਉੱਥੋਂ ਅਸੀਂ ਦੀਨੇ ਤੋਂ ਇੱਟਾਂ ਮੰਗਵਾਈਆਂ। ਅਤੇ ਇਹ ਵੇਖੋ ਇੱਟਾਂ ਅਜੇ ਤੱਕ ਵੀ ਇਹਨਾਂ 'ਤੇ ਸੀਮਟ ਬਣਦਾ ਰਿਹਾ, ਲੇਕਿਨ ਇਹ ਇੱਟਾਂ ਦੀ ਉਸੇ ਤਰ੍ਹਾਂ ਹੀ ਜਿਹੜੀ ਉਹ ਖੂਬਸੂਰਤੀ ਹੈ। ਇਹ ਜ਼ਰਾ ਤੈਮੂਰ ਵਿਖਾਓ, ਇਹ ਵੇਖੋ ਜੀ ਪਿੰਡਾਂ 'ਚ ਵੀ ਗੈਸ ਹੁਣ ਆ ਗਈ ਹੈ, ਅਤੇ ਉਹ ਵੇਖੋ ਚਟਣੀਆਂ ਪਈਆਂ ਨੇ ਹੇਠ ਉੱਤੇ, ਉਹ ਉੱਤੇ ਪਤੀਲੀਆਂ ਪਈਆਂ ਨੇ, ਉਹ ਉੱਤੇ ਪੜਛੱਤੀ ਬਣੀ, ਇਹ ਉਹ ਜਾਣੀ ਇਹ ਧੂੰ ਕੱਢਣ ਲਈ ਨਾ, ਉੱਤੇ ਥੱਲੇ ਚੁੱਕੇ ਉਦੋਂ ਚੁੱਲ੍ਹ ਹੁੰਦੀ ਸੀ ਅਤੇ ਗੋਹੇ ਬਾਲੇ ਜਾਂਦੇ ਸਨ, ਅਤੇ ਉੱਤੇ ਛੱਤ ਵਿਖਾਓ ਅਤੇ ਉਹ ਵੀ ਲੱਕੜੀ ਦਾ ਛੱਤ, ਜਾਣੀ ਇਹ ਸਾਰਾ ਲੱਕੜੀ ਦਾ ਛੱਤ ਸੀ, ਲੇਕਿਨ ਹੁਣ ਤਾਂ ਹਰੇ ਲੈਂਟਰ ਪੈ ਗਿਆ, ਹੁਣ ਉਹ ਕੱਚੇ ਜਿਹੜੇ ਛੱਤ ਨੇ ਉੱਤੇ ਮੁੱਕ ਗਏ। ਚਾਚਾ ਜੀ ਇਕਬਾਲ ਉੱਤੇ ਖੜੇ ਨੇ, ਇਹ ਨੰਬਰਦਾਰ ਰਹੇ ਨੇ ਇਸ ਪਿੰਡ ਦੇ, ਇਹਨਾਂ ਦੇ ਗੁਲਾਮ ਕਾਦਰ, ਇਹਨਾਂ ਦੇ ਵਾਲਦ ਹਨ। ਇਹ ਵੇਖੋ ਮੱਝਾਂ ਬੰਨੀਆਂ ਨੇ, ਅਤੇ ਇੱਕ ਟਿਪੀਕਲ ਡੇਰਾ ਹੈ, ਉਹ ਪਿੱਛੇ ਕੁੱਤਾ ਜਾਂ ਕੁੱਤੀ ਜੋ ਵੀ ਬੱਝਿਆ ਪਿਆ। ਅੱਛਾ, ਇਹ ਤੁਸੀਂ ਵੇਖੋ ਕਿ ਗਾਈਆਂ ਨੇ, ਅਤੇ ਮੈਂ ਤੈਮੂਰ ਨੂੰ ਕਹਾਂਗਾ ਕਿ ਇਹ ਜ਼ਰਾ ਮੇਰੇ ਨਾਲ ਅੱਗੇ ਆਉਣ। ਇਹ ਥੋਮ ਲੱਗਾ ਹੈ। ਅੱਛਾ, ਪਿੱਛੇ ਕਮਾਦ, ਇੱਥੇ ਜਿਹੜੇ ਅੱਗੇ ਉਹ ਸਾਡਾ ਡੇਰਾ ਸੀ, ਉਹ ਸਾਡੀ ਜ਼ਮੀਨ ਹੈ, ਉੱਥੇ ਜਨਾਬ ਇੱਕ ਜ਼ਮਾਨੇ ਦੇ ਵਿੱਚ ਆਪਣਾ ਹੁੰਦਾ ਸੀ, ਤੰਬਾਕੂ ਵੀ ਹੁੰਦਾ ਸੀ, ਉਹਨੂੰ ਟਿੱਕੇ ਦੀ ਜ਼ਮੀਨ ਕਹਿੰਦੇ ਸਨ। ਉਹ ਅਗਰ ਤੈਮੂਰ ਤੁਹਾਨੂੰ ਵਿਖਾ ਸਕਣ ਤਾਂ ਉਹ ਵੇਖੋ ਡੇਰੇ 'ਤੇ ਜਿਹੜਾ ਉਹ ਮੱਝਾਂ ਔਰ ਗਾਵਾਂ ਬੱਝੀਆਂ ਨੇ। ਖੋਤਾ ਹੈ ਕਿ ਖੋਤੀ ਹੈ? ਅੱਛਾ, ਇਹਦੇ ਉੱਤੇ ਇਹ ਜਿਹੜਾ ਇਹਨੂੰ ਕਹਿੰਦੇ ਪਲਾਣਾ ਹੈ। ਵੇਖੋ ਇਹ ਥੱਲੇ ਉਹ ਬੋਰੀ ਜਿਹੀ ਹੈ, ਅਤੇ ਉੱਤੇ ਇਹ ਜਿਹੜਾ ਆਪਣਾ ਲਓ ਜੀ, ਇਹਦੇ ਉੱਤੇ ਮੈਂ ਬਹਿ ਗਿਆ, ਅਤੇ ਇਹਦੀ ਮਿਹਰਬਾਨੀ ਕਿ ਇਹਨੇ ਦੁਲੱਤੀ ਨਹੀਂ ਮਾਰੀ,
ਤੇ ਮੈਂ ਵੀ ਵੈਸੇ ਹਿਸਾਬ ਕਿਤਾਬ ਨਾਲ ਬਚਪਨ 'ਚ ਖੋਤੇ 'ਤੇ ਬਹਿਣ 'ਤੇ ਬੜਾ ਹੀ ਮਜ਼ਾ ਆਉਂਦਾ ਸੀ।